ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਬੁਦਾਪੇਸਟ ਜਿੱਥੇ ਕਿ ਦੁਨੀਆ ਦੀ ਸਾਰਿਆਂ ਨਾਲੋਂ ਭਾਰੀ ਬਿਲਡਿੰਗ ਆ ਤੇ ਹੰਗਰੀ ਦੀ ਰਾਜਧਾਨੀ ਰੋਮਾਨੀਆ ਚ ਨੀ ਇੱਥੇ ਆ ਨਹੀਂ ਰੋਮਾਨੀਆ ਚ ਰੋਮਾਨੀਆ ਦੀ ਪਾਰਲੀਮੈਂਟ ਆ ਜਿਹੜੀ ਉਹ ਭਾਰੀ ਬਿਲਡਿੰਗ ਆ ਚੱਲ ਕੋਈ ਨੀ ਤੇ ਸਿੱਧੂ ਜੀ ਆਪਾਂ ਕਰ ਲੇ ਰੈਡੀ ਮੁੰਡਾ ਕਿੰਨੇ ਟਾਈਮ ਬਾਅਦ ਤੂੰ ਕੋਈ ਚੱਜ ਦਾ ਸ਼ਹਿਰ ਦੇਖਣਾ ਹੈਗਾ ਲੋ ਜੀ ਮੇਰੇ ਵੀਰੇ ਬੁਦਾਪੇਸਟ ਐਂਟਰੀ ਹੋ ਗਈ ਦੇਖੋ ਕੋਲ ਇੱਥੇ ਆ ਕੇ ਲੱਗਦਾ ਹੰਗਰੀ ਆ ਸਿੱਧੂ ਸ਼ੀਸ਼ੇ ਆਪਾਂ ਖੋਲ ਲਿਆ ਆਪਾਂ ਨਜ਼ਾਰਾ ਲੈਂਦੇ ਨੀ ਜਾਣਾ ਬਾਹਰ ਨਿਕਲ ਕੇ ਪਹਿਲਾਂ ਹੁਣ ਪਾਰਕਿੰਗ ਲੱਭ ਰਹੇ ਆ ਦੇਖਦੇ ਆ ਪਾਰਕਿੰਗ ਕਿੱਥੇ ਮਿਲੂਗੀ ਇੱਧਰ ਮਾਹੌਲ ਦੇਖੋ ਤੁਸੀਂ ਪੂਰਾ ਇਕੱਠ ਹੀ ਇਕੱਠ ਹੈਗਾ ਵੀ ਉਹ ਚਰਚ ਹੈ ਤੇਰੀ ਮਸ਼ਹੂਰ ਉਹ ਨੇੜੇ ਜਾ ਕੇ ਦਿਖਾਵਾਂਗੇ ਤੁਹਾਨੂੰ ਚਲੋ ਜੀ ਚਲੋ ਆਹ ਇੱਥੇ ਬੜੀਆਂ ਚੱਲ ਰਹੀਆਂ ਵੈਨਾਂ ਜਿਹੀਆਂ ਬੰਦੇ ਲੱਦ ਕੇ ਦੇਖਦੇ ਹਾਂ ਆਪਾਂ ਕਿਵੇਂ ਜਾਣਾ ਪਾਰਕਿੰਗ ਲਓ ਵੀ ਮਿੱਤਰੋ ਪਾਰਕਿੰਗ ਮਿਲ ਗਈ ਆਪਾਂ ਨੂੰ ਤੇ ਮਿਲੀ ਵੀ ਜਮਾਂ ਲੋਕੇਸ਼ਨ ਦੇ ਸਾਹਮਣੇ ਆ ਵੀ ਇੱਥੇ ਆਹ ਨਹਿਰ ਦੇ ਆਲੇ ਦੁਆਲੇ ਇੱਥੇ ਸਾਰੀਆਂ ਲੋਕੇਸ਼ਨ ਤੁਹਾਨੂੰ ਦੇਖਦੇ ਹਾਂ ਕਿੰਨੀ ਮਿਲਦੀ ਆ ਪਾਰਕਿੰਗ ਪਰਚੀ ਕਿੰਨੀ ਕੱਢਣੀ ਪੈਂਦੀ ਆ ਬਾਕੀ ਮਾਹੌਲ ਘੈਂਟ ਲੱਗ ਰਿਹਾ ਦੇਖਦੇ ਹਾਂ ਆਲਾ ਦੁਆਲਾ ਜਾ ਕੇ ਦਿਖਾਉਂਦੇ ਇਹਨਾਂ ਨੇ ਤੁਹਾਨੂੰ ਡਰਾਮਾ ਚੱਲ ਰਹੀਆਂ ਨੇ ਇੱਥੇ ਵੀ ਐਮਸਟਰਡੈਮ ਵਾਂਗੂ ਮਿਲਾਨ ਵਾਂਗੂ ਹਜੇ ਤੱਕ ਤਾਂ ਠੀਕ ਲੱਗ ਰਿਹਾ ਘੈਂਟ ਆ ਇੱਥੇ ਦਾ ਮਾਹੌਲ ਲੱਗਿਆ ਵਧੀਆ ਹੰਗਰੀ ਵੀ ਘੈਂਟ ਆ ਚੀਜ਼ ਅੱਗੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਅਤੇ ਆਹ ਪਤਾ ਨਹੀਂ ਇੰਨਾ ਨਹੀਂ ਪਤਾ ਰੈਜੀਡੈਂਸ ਵਾਲਿਆਂ ਦੇ ਹੁਣ ਗੱਡੀਆਂ ਲਾਈਆਂ ਹੋਈਆਂ ਦੇਖਦੇ ਹਾਂ ਕੀ ਹਿਸਾਬ ਕਿਤਾਬ ਕੀ ਹੋ ਗਿਆ ਹਾਂ ਅੱਗੇ ਨੂੰ ਕਰ ਲਾ ਗੱਡੀ ਪਿੱਛੇ ਬਹੁਤ ਬਾਕੀ ਮੌਸਮ ਠੀਕ ਆ ਇੰਨੀ ਗਰਮੀ ਨਹੀਂ ਹੈਗੀ ਇਟਲੀ 'ਚ ਥੋੜ੍ਹੀ ਜ਼ਿਆਦਾ ਗਰਮੀ ਇੱਥੇ ਹੈਗਾ 3-4 degrees ਦਾ ਟੈਂਪਰੇਚਰ ਦਾ ਫਿਰ ਨੀਵੀਆਂ ਗੱਡੀਆਂ ਦਾ ਵੀ ਪੰਗਾ ਵੀ ਇੱਥੇ ਦੇਖ ਕੇ ਲਾਉਣੀ ਪੈਂਦੀ ਆ ਉੱਤੇ ਉਹ ਵੀ ਚੱਲਦੇ ਆ ਕੇਬਲ ਕਾਰਾਂ ਦੀਆਂ ਉੱਤੇ ਕੁਛ ਹੈਗਾ ਜਾਣਾ ਕਿਲਾ ਕੁਲਾ ਉਹਦੇ ਕੇਬਲ ਕਾਰ ਜੀ ਦਿਖਾ ਕੇ ਲੈ ਕੇ ਆਉਂਦੇ ਆ ਉੱਤੇ ਤਾਂ ਇੱਧਰੋਂ ਆ ਸਿਟੀ ਸੈਂਟਰ 'ਚ ਨੂੰ ਚਲਾ ਜਾਂਦਾ ਹੈਗਾ ਪੁਲ ਚਲੋ ਆ ਜਾਓ ਕਹਾਂ ਚੱਲੀਏ ਮੁੰਡਿਓ ਘੈਂਟ ਆ ਸ਼ਹਿਰ ਘੈਂਟ ਰਾਜਧਾਨੀ ਪਿੰਡ ਨਹੀਂ ਇੰਨੇ ਵਧੀਆ ਹੈਗੇ ਆਹ ਚੀਜ਼ ਵਧੀਆ ਹੈਗੀ ਬਾਕੀ ਪਿੰਡਾਂ ਪੁੰਡਾਂ ਦਾ ਸੋਨੂੰ ਸਰਾਈ ਪਈ ਸੀਗੀ ਪਰ ਇੱਥੇ ਰੌਣਕ ਮੇਲਾ ਜਿਹਾ ਹੈਗਾ ਇੱਥੇ ਵਧੀਆ ਟੂਰਿਸਟ ਆਰਿਸਟ ਬਹੁਤ ਆਇਆ ਹੋਇਆ ਹੈਗਾ ਇੱਕ ਅਗਸਤ ਦਾ ਮਹੀਨਾ ਹੈਗਾ ਸ਼ਿਪ ਵੀ ਭਰੀ ਜਾ ਰਹੀ ਆ ਲੋਕਾਂ ਨਾਲ ਰਹਿਜ ਕੀ ਲੈਣਾ ਇਹ ਚੀਜ਼ਾਂ ਕੋਈ ਝੂਟੇ ਲੈਣ ਵਾਲੀਆਂ ਉਹ ਅਸੀਂ ਪਾਰਕਿੰਗ ਕੱਢਣੀ ਭੁੱਲ ਗਏ ਸੀਗੇ ਅੱਧਾ ਘੰਟਾ ਫੋਟੋ ਫੋਟੋ ਖਿਚਾ ਕੇ ਭੱਜ ਕੇ ਵਾਪਸ ਆਏ ਵੀ ਪਾਰਕਿੰਗ ਤਾਂ ਕੱਢੀ ਨਹੀਂ ਹੈਗੀ ਜਦੋਂ ਇੱਥੇ ਆ ਕੇ ਦੇਖਿਆ ਅੱਜ ਪਾਰਕਿੰਗ ਵੈਸੇ ਹੀ ਫ੍ਰੀ ਆ ਵੀਕਐਂਡ ਕਰਕੇ ਐਤਵਾਰ ਆ ਅਸੀਂ ਐਵੇਂ ਭੱਜੇ ਆਏ ਹਾਂ ਫਿਰ ਉੱਧਰੋਂ ਸਿੱਧੇ ਨਾ ਕੀ ਆਉਂਦੇ ਜਿੱਦਾਂ ਸਾਡੇ ਬੰਦੇ ਖੋ ਗਏ ਭਾਈ ਹੁਣ ਬੰਦੇ ਸਾਡੇ ਪਤਾ ਨਹੀਂ ਕਿੱਥੇ ਫੋਨ ਫਾਨ ਲਾ ਕੇ ਪੁੱਛਣਾ ਪੈਣਾ ਉਹਨਾਂ ਨੂੰ ਸਾਰੇ ਲੋਕ ਕੋਲਤੀ ਵੀਡੀਓ ਬਣਾਈ ਜਾਂਦੇ ਆ ਸੋਹਣਾ ਬਣਿਆ ਹੋਇਆ ਕੋਲੀ ਲਓ ਵੀ ਮੇਰੇ ਵੀਰੇ ਆਹ ਹੈਗਾ ਇਹਨਾਂ ਦਾ ਸਿਟੀ ਸੈਂਟਰ ਮਤਲਬ ਇਹ ਮੇਨ ਤਾਂ ਅੱਗੇ ਜਾ ਕੇ ਆਉਣਾ ਆਹ ਇੱਕ ਤਰ੍ਹਾਂ ਦੀ ਆਹ ਸਾਰੀ ਮਾਰਕੀਟ ਖਾਣ ਪੀਣ ਵਾਲੀ ਆ ਥੱਲੇ ਲੋਕ ਬਹਿ ਕੇ ਖਾ ਰਹੇ ਆ ਸਿੱਧੂ ਨਹੀਂ ਦੇਖ ਰਹੇ ਆ ਰੰਗ ਢੰਗ ਬਾਹਰਲੇ ਦੇਖਦੇ ਮੌਲ ਆ ਇੱਥੇ ਦਾ ਤੇ ਲੋਕ ਬੈਠੇ ਆ ਬਸ ਥੱਲੇ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਅੱਗੇ ਬਾਬੇ ਸਾਨੂੰ ਇੱਕ ਚੀਜ਼ ਹੋਰ ਦਿਖਿਆ ਚੰਡੋਲ ਵੀ ਆ ਪੈਰੀ ਸੰਗ ਚੰਡੋਲ ਤੇ ਚੜਾਂਗੇ ਇੱਥੇ ਵੀ ਆ ਕੇ ਹੁਣ ਸਾਨੂੰ ਹੀ ਭੁੱਖ ਬੱਬੂ ਮੈਂ ਚਲਾ ਗਿਆ ਸੌਸ ਲੈਣ ਸੌਸ ਹੈ ਨਹੀਂ ਸੀ ਇਹਨਾਂ ਨੇ ਪਹਿਲਾਂ ਹੀ ਖਾਲੀ ਕਰਤੇ ਤਾਂ ਗਲਤ ਗੱਲ ਆ ਯਾਰ ਤੁਹਾਡੀ ਸਿੱਧੂ ਨੇ ਖਵਾਇਆ ਨਹੀਂ ਹੈਗਾ ਪਹਿਲਾਂ ਹੀ ਮੈਨੂੰ ਕੋਈ ਛੱਡਿਆ ਵੀ ਨਹੀਂ ਜਾ ਕੇ ਲੈ ਕੇ ਆਓ ਬਾਦਲ ਵਾਲੀਆਂ ਬੱਸਾਂ ਚੱਲਦੀਆਂ ਨੇ ਇੱਥੇ ਪੰਜਾਬ 'ਚ ਤਾਂ ਉਹਨੇ ਨਹੀਂ ਚਲਾਈਆਂ ਇੱਥੇ ਚਲਾ ਦਿੱਤੀਆਂ ਵੀਰ ਬਾਦਲ ਲਿਆ ਕੇ ਪਹਾੜੀ ਕਾਰੀਆਂ ਬੱਸਾਂ ਬੁਦਾਪੇਸਟ 'ਚ 14,000 ਰੁਪਏ ਇੱਕ ਜਣੇ ਦੀ ਟਿਕਟ ਕਿਉਂਕਿ ਆਪ ਉਹਨੂੰ ਪਤਾ ਸੀ ਵੀ ਇੰਡੀਆ ਤਾਂ ਨਹੀਂ ਦੇਣਾ ਕਿਸੇ ਨੇ ਨਿਰਵਿਘਨ ਤਾਂ ਕਰਕੇ ਬੁਦਾਪੇਸਟ ਹੰਗਰੀ ਜਾ ਕੇ ਚਲਾ ਦਿੱਤੀਆਂ ਪਹਾੜੀ ਕਾਰੀਆਂ ਬੱਸਾਂ ਉਹਦੇ ਸਾਹਮਣੇ ਨਾ ਫ੍ਰੀ ਬੀਅਰ ਵੰਡ ਰਹੇ ਨੇ 0% ਅਲਕੋਹਲ ਵਾਲੀ ਪ੍ਰਮੋਟ ਕਰ ਰਹੇ ਆ 0% ਅਲਕੋਹਲ ਵਾਲੇ ਬੀਅਰ ਨੂੰ ਇਕੱਠ ਉਦਾਂ ਹੈ ਨਹੀਂ ਹੈ ਨਾ ਜੇ ਇੰਡੀਆ ਹੁੰਦਾ ਲਾਉਣੇ
ਚਰਚ ਨਹੀਂ ਪਾਰਲੀਮੈਂਟ ਪਾਰਲੀਮੈਂਟ ਦਾ ਉਦੋਂ ਆਪਾਂ ਮੇਨ ਚਰਚ ਤੇ ਜਾਣਾ ਪਹਿਲਾਂ ਚਰਚ ਮੇਨ ਚਰਚ ਚਰਚ ਵਾਲੇ ਨੂੰ ਜਾ ਰਹੇ ਆ ਬਈ ਵਾਈਬ ਘੈਂਟ ਆ ਜਿਵੇਂ ਮੇਨ ਸ਼ਹਿਰਾਂ ਦੀ ਪੈਰਿਸ ਦੀ ਦੇਖੀ ਆ ਰੋਮ ਦੀ ਦੇਖੀ ਆ ਉਦਾਂ ਜਿਹਦੀ ਵਾਈਬ ਆ ਆ ਇੱਥੇ ਦਾ ਮੇਨ ਉਹ ਆ ਗਈ ਚਰਚ ਆ ਗਈ ਸਟੀਵਨ ਪਹਿਲੇ ਦੁਆ ਨਾਮ ਕੀ ਆ ਇਹਦਾ ਚਰਚ ਵੀਰੇ ਘੈਂਟ ਆ ਪਰ ਉਹਦੇ ਵਾਲੀ ਰੀਜ਼ ਨਹੀਂ ਹੈਗੀ चक्कर पता की अपनी पछाण अलग ही है पग बंदी उन्हें कहना पग वाले तो बंद ने टिकट ही नहीं ली थी वेले हो गए जनता बुहारे जल्दी देखी जाती है इंडिया जिस भी नहीं जल्दी होंगी जवाक जवाक बिच बड़े वरदे नहाई जाते इत हाँ देख लो स्याने भी न्याणे बने वरदे इतने लै 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 चलिए चलिए अगे आज अरे बहुत कौ पा देखने वाला अजे तक घंटा वह वैसे तो मेन है जी सारे मेन बिल्डिंग को आप जाना आज हजे एक उधर चर्च भी है आ गई बुढ़ा फेस्ट जी मेन बिल्डिंग जिन्होंने आप लैंडमार्क कहने पार्लीमेंट बिल्डिंग इन देखने लोग सारे ना बद जिम्मे पेरिस का आइफल टावर रोम का कोलोजियम इतने का ਇਹਨੂੰ ਦੇਖਣ ਹੀ ਆਉਂਦੇ ਆ ਇੱਥੇ ਸਾਰੇ ਲੋਕ ਇਹ ਪਹਿਲੀ ਬੈਕ ਸਾਈਡ ਤੁਰੇ ਫਿਰਦੇ ਆ ਫਰੰਟ ਸਾਈਡ ਜਾਣਾ ਹੈਗਾ ਜੀ ਦੇਖ ਲਓ ਬੈਕ ਸਾਈਡ ਹੀ ਕਿੰਨੀ ਘੈਂਟਾ ਹਜੇ ਜੋ ਅੱਗੇ ਗਏ ਹੋਰ ਦੇਖ ਲਾ ਕਿੱਡਾ ਛੱਤ ਦਾ ਉਦੋਂ ਆਪਣੇ ਆਪਣੇ ਇੰਡੀਆ ਉਦੋਂ ਕੱਚੇ ਘਰ ਵੀ ਨਹੀਂ ਪੈਂਦੇ ਜਦੋਂ ਇਹ ਛੱਤੀਆਂ ਆਪਣੀਆਂ ਚੀਜ਼ਾਂ ਇਹਨਾਂ ਦੀ ਸਹੀ ਗੱਲ ਹੈ ਝੰਡਾ ਤੁਹਾਡੇ ਹੰਗਰੀ ਦਾ ਥੱਲੇ ਹੀ ਆ ਓਏ ਡਾਊਨ ਨਹੀਂ ਹੋਇਆ ਪਿਆ ਇਹ ਉੱਧਰ ਦੇਖੋ ਬਾਬੇ ਹੱਥ ਨੇ ਆਪਾਂ ਹੁਣ ਉਹ ਚਰਚ ਤੇ ਜਾਵਾਂਗੇ ਉੱਥੇ ਜੋ ਇੱਥੇ ਰਾਤ ਨੂੰ ਲਾਈਟਾਂ ਜਾਗਦੀਆਂ ਨੇ ਇਹ ਚ ਉਹ ਚਰਚ ਦੀ ਵਿੰਡੋ ਚੋਂ ਫੋਟੋ ਆਉਂਦੀ ਆ ਕੁਸ वर्ल्ड वॉर टू चे पानी च सैट के जेडे लोग मारे गए थे उन्होंने याद बच्चे बूट बनाए हुए इतने पानी के कोले नरी के कोले लोहे के सेंडल मोमबत्तियां भी लागे जाते लोग उन्होंने याद बच्च इतने अंब थक के जतन जुतन करके चढ़ाई चढ़े असि कहते उत्तों शहर देखना गा इन्हें कुत्ते आए होर भी उत्ते जा सकते हैं जाना होर उत्ते हम इतों फोटो खिंच लिए फिर उत्ते जाने होर आगा गा इतने का हिस्टोरीकल म्यूजियम अंब का फेस्ट का इतने जनता बहुत आई हुई है देखने एक उत्तों इतों सारा सिटी दी व्यू वधिया दिंदा गा बाकी जिन्होंने म्यूजियम वगैरह देखना वो पौल इतने भी बहुत ने बाबे पैरी सामने पौल ही पौल ने बनाए भी बढ़िया वधिया हुए काफी वड्डा पर दरख्त बहुत करो म्यूजिक एंजॉय उत्ते आया चर्च आ चर्च के को लोग बहुत फोटो खिंचते कट बहुत फोटो खिंचने शहर का उत्तों व्यू देखने लिने लोग बैठे भी रात को लाइटा जागदिया देखना गा वो पौल पहले तो बहुत घैंट लग रहा लाइट वीडियो उन्ना वधिया नहीं आ रहा जिन्ना असली अखा ना देख सवाल आ रहा एक आ जगदा बड़ा घैंट लग रहा उत्तों लाइटा करके ना वीडियो चंगी तरह देख नहीं रहा जो अखा देख रही है चीज सारिया तो मोरिया मारिया सब भरिया पीया उत्ते तक लोग खड़े ने वीडियो बनाने फोटो खिंचन हाँ इधर देखो लोग ही लोग घैंट आ यार वधिया है यार हंगर चंद बाकी भावे वधिया नहीं लग्या पर आज तो नेरी वधिया लगी
ਕਿਉਂਕਿ ਰਾਤ ਨੂੰ ਤਾਂ ਬਿਲਡਿੰਗ ਬਾਹਲੀ ਵੀ ਜ਼ਿਆਦਾ ਸੋਹਣੀ ਦਿੰਦੀ ਆ, ਦਿਨ ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਆ। ਬਾਕੀ ਸਾਰਾ ਸ਼ਹਿਰ ਹੀ ਘੈਂਟ ਲੱਗ ਰਿਹਾ ਰਾਤ ਨੂੰ ਇੱਥੋਂ ਉੱਤੋਂ ਦੇਖਣ 'ਚ। ਲਓ ਵੀ ਮੇਰੇ ਵੀਰੇ ਉਹ ਸੂਰਜ ਢਲ ਚੁੱਕਿਆ ਹੈ ਅਤੇ ਮਣੀ ਹੋਣੀ ਤਾਂ ਬੈਠੇ ਨੇ ਉੱਧਰ ਉੱਪਰ ਬੈਠੇ ਉਹ ਉੱਥੇ ਜੇ। ਅਸੀਂ ਕਿਹਾ ਅਸੀਂ ਤਾਂ ਕਹਿਤੇ ਝੂਟਾ ਲੈਣਾ, ਤੁਸੀਂ ਤਾਂ ਲੈਣਾ ਨਹੀਂ ਹੈਗਾ। ਅਤੇ ਅਸੀਂ ਲੈ ਲਈਆਂ ਦੋ ਟਿਕਟਾਂ, ਮਤਲਬ ਇਹ ਸਾਨੂੰ ਪਈ ਹੈ 13 ਐਰੋ ਦੀ ਅਤੇ 5000 ਫੋਰ ਰੈਂਟ ਦੀ, 13-26 ਐਰੋ ਦੀਆਂ ਦੋ ਟਿਕਟਾਂ ਆਈਆਂ ਨੇ। ਉਹ ਕਹਿੰਦਾ 1 ਘੰਟੇ ਦਾ ਟੂਰ ਹੋਊਗਾ, ਬਾਕੀ ਕਈ ਵਾਰ ਗੱਪ ਗੁੱਪ ਵੀ ਮਾਰ ਦਿੰਦੇ। ਹੁਣ ਜਾ ਕੇ ਦੇਖਦੇ ਹਾਂ, 6 ਨੰਬਰ 'ਤੇ ਆਉਣੀ ਆ 8 ਵਜੇ, 1 ਘੰਟੇ ਦਾ ਟੂਰ, 9 ਵਜੇ ਤੱਕ ਮਤਲਬ ਨਾਈਟ ਵਿਊ ਵੀ ਆ ਜੀ ਸਾਨੂੰ ਵਿੱਚ। ਦੇਖਦੇ ਹਾਂ ਫੋਟੋਆਂ ਫਾਟੋਆਂ ਵਿੱਚੋਂ ਘੈਂਟ ਆਉਣੀਆਂ, ਹੋਰ ਜ਼ਿਆਦਾ ਇੰਡੀਆ ਵਾਲੀਆਂ ਬੱਸਾਂ ਵਾਂਗੂ ਡੱਕੇ ਪਏ ਹੁਣ ਬੰਦੇ ਵਿੱਚ। ਦੇਖਦੇ ਹਾਂ ਜਾ ਕੇ ਕੀ ਮਾਹੌਲ ਆ। ਆ ਜਾਓ, ਉਹਨਾਂ ਨੇ ਤੁਹਾਨੂੰ ਦਿਖਾਉਣਾ, ਮਣੀ ਹੋਣੀ ਕਹਿੰਦੇ ਅਸੀਂ ਨਹੀਂ ਆਉਣਾ। ਅਸੀਂ ਕਹਿੰਦੇ ਤਾਂ ਚੱਲੇ ਫਿਰ। ਬਾਬੇ ਇੰਨਾ ਘੈਂਟ ਯਾਰ ਨਹਿਰ ਬਣਾਈ ਅਗਲੇ ਨੇ। ਬਾਬੇ ਕਰੋਜਾਂ ਦੇਖਣ ਜਾ ਰਹੇ, ਇੱਥੇ ਬਣਿਆ ਹੋਇਆ ਮਾਹੌਲ ਤਾਂ। ਇਧਰਲੀ ਹਾਲ ਸਾਰੀਆਂ ਬਾਰਾਂ ਨੇ, ਇਧਰਲੀ ਹਾਲ ਲੋਕ ਪੀ ਰਹੇ ਆ, ਗਾਣੇ ਚੱਲ ਰਹੇ ਆ। ਦੇਖੋ ਇਧਰ ਭੀੜ, ਹੁਣ ਅਸੀਂ ਜਾ ਕੇ ਬਹਿੰਦੇ ਹਾਂ ਬੋਰਡ 'ਚ, ਦੇਖਦੇ ਕੀ ਮਾਹੌਲ ਚੱਲ ਆ। ਇੱਥੇ ਕਰ ਰਹੇ ਆ ਲੋਕ ਚਿੱਲ ਬਹਿ ਕੇ ਆਰਾਮ ਨਾਲ, ਬੀਅਰ ਨਾਲ, ਬੀਅਰ ਨਾਲ ਵਿਊ, ਸਨਸੈਟ ਵਿਊ, ਬਾਤ ਰੌਣਕਾਂ ਨੇ ਉਹ ਸਿਰਾਬਾਈ ਵਾ। ਉੱਥੇ ਆਪਾਂ ਜਾ ਵੀ ਸਕਦੇ ਜਾਂ ਫਲੋਰੈਂਸ ਵਾਂਗੂ, ਉੱਥੋਂ ਸਾਰੀ ਸਿਟੀ ਵਿਊ ਦੇਖਦਾ। ਪਰ ਉਹ ਅਸੀਂ ਤਾਂ ਨਹੀਂ ਗਏ ਕਿ ਵੀ ਇੱਥੋਂ ਫਿਰ ਨਹੀਂ ਆਪਾਂ ਲੇਟ ਹੋ ਜਾਣਾ ਗਾ, ਹੁਣ ਜਾ ਕੇ ਉੱਥੇ ਤੁਹਾਨੂੰ ਦਿਖਾਉਂਦੇ। ਬਾਬੇ ਉਹ ਸਿਪਾ ਜੇ ਰਾਹ 'ਚ ਆਈ ਆ, ਪੱਗ ਭੱਜ ਲਿਆ ਪਹਿਲੇ ਅਤੇ ਪੋਲ ਦੀਆਂ ਲਾਈਟਾਂ ਲੁੱਟਾਂ ਛੱਡਤੀਆਂ ਸਿੱਧੂ ਮਾਹੌਲ ਤਾਂ ਹੁਣ ਬਣ। ਹੁਣ ਨਜ਼ਾਰਾ ਆਉਣਾ ਬਾਬੇ, ਅਸੀਂ ਘੱਟੋ ਘੱਟ 10-15 ਇੰਡੀਅਨ ਆਪਦੇ ਨਾਲ ਖੜਾ ਲਏ ਉੱਥੇ, ਜਿਹੜੇ ਪਿੱਛੇ ਸੀਗੇ ਵਿਚਾਰੇ ਲੈਣ ਚਾਹ। ਦੇਖੋ ਆ ਸਾਰੇ ਆਪਣੇ ਹੁੰਦੇ ਨੇ ਇਹ, ਹੁਣ ਦੇਖਦੇ ਹਾਂ ਉੱਤੇ ਬਹਿਣਾ ਗਾ ਜੀ। ਵਧੀਆ ਉਦੋਂ ਲੰਘ ਗਈ ਪਹਿਲੀ ਵਾਲੀ, ਮਣੀ ਹੋਣੀ ਅਜੇ ਉੱਤੇ ਬੈਠੇ ਆ। ਵਿਊ ਦੇਖੋ, ਇਹ ਦਿਖਾਉਂਦੇ ਹਾਂ ਤੁਹਾਨੂੰ ਕਰੂਜ਼ 'ਚ। ਮਿੱਤਰੋ ਲੈਣ ਦੇ ਸਕਦੇ ਹਾਂ, ਅੱਧੇ ਬੰਦੇ ਨੇ ਇਹਨਾਂ ਦੇ ਥੱਲੇ ਬਿਠਾ ਤੇ, ਜਿਹੜੇ ਉੱਪਰ ਵੇਂਦੇ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਤੇਰੇ ਵਰਗੇ। ਲਾਈਟਾਂ ਲੂਟਾਂ ਚਲਾ ਤੀਆਂ, ਦੇਖੋ ਕੈਸਟਲ ਚਮਕਦੇ ਇਹਨਾਂ ਦੇ। ਆਪਾਂ ਲੈ ਲਈਏ ਪਿੱਛੇ ਖੁੱਲ੍ਹੇ ਸੀਟ, ਆਪਣੇ ਇੰਡੀਅਨ ਨੇ ਲਿਖਣਾ ਸਰ ਇੱਧਰ ਪੋਲ ਨੇ, ਮਾਹੌਲ ਬਣਿਆ ਹੋਇਆ ਪੂਰਾ। ਅੱਗੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਇਹਨਾਂ ਦੀ ਜਿਹੜੇ ਮੇਨ ਪਾਰਲੀਮੈਂਟ ਦਿਖੂਗਾ, ਉੱਥੇ ਦੇਖਿਆ ਫੋਟੋਆਂ ਫਾਟਾਂ ਨੇ ਚਲੇ ਅਤੇ ਉਹ ਤਾਂ ਰਹਿ ਗਏ ਬੈਠੇ, ਹੁਣ ਵੀਡੀਓ ਦੇਖ ਕੇ ਉਹਨਾਂ ਨੂੰ ਹੋਊਗਾ ਵੀ ਚਲੇ ਹੀ ਜਾਂਦੇ। ਉਹ ਦੇਖੋ ਮੇਨ ਪੋਲ ਦੀਆਂ ਲਾਈਟਾਂ ਛੱਡਤੀਆਂ, ਹੁਣ ਦੇਖੋ ਜਾਗਦਾ ਉੱਧਰ। ਲਓ ਵੀ ਮੇਰੇ ਵੀਰੇ, ਉਹ ਕਹਿੰਦੇ ਪੌਲ ਆ ਗਿਆ, ਉਹੀ ਖਿੱਚੀ ਹੋਈ ਆ 5ਵਾਂ ਗੇਅਰ ਪਾ ਕੇ। ਮੈਂ ਕਹਿੰਦਾ ਮਾਹੌਲ ਪੂਰਾ ਬਣਿਆ ਹੋਇਆ, ਦੇਖੋ ਤੁਸੀਂ ਨਾਈਟ ਵਿਊ ਇਹਨਾਂ ਦਾ, ਆਹ ਕੈਸਟਲ ਹੀ ਦੇਖੋ ਜੀ ਅੱਗੇ ਵਾਲਾ, ਤੁਹਾਨੂੰ ਜਾ ਕੇ ਦਿਖਾਉਣਾ। ਇਹ ਹੈਗਾ ਇੱਥੇ ਦਾ ਮਿਊਜ਼ੀਅਮ ਉਹ ਵਾਲਾ, ਅਤੇ ਆਹ ਚਰਚ ਹੈ, ਹੌਲੀ ਹੌਲੀ ਬਣ ਮਾਹੌਲ ਦੇਖੋ। ਲਓ ਵੀ ਮਿੱਤਰੋ, ਦੇਖੋ ਪਾਰਲੀਮੈਂਟ ਸਿੱਧੂ, ਜੰਨਤ ਹੈ ਜੰਨਤ, ਬੜਾ ਘੈਂਟ ਲੱਗ ਰਿਹਾ ਬਾਬੇ ਆ ਰਾਤ ਨੂੰ। ਇਹ ਤਾਂ ਦਿਨੇ ਵੀ ਐਂਡ ਸੀਗਾ, ਹੁਣ ਤਾਂ ਰਾਤ ਨੂੰ ਤਾਂ ਜਮਾਂ ਹੀ ਸਿਰਾ ਹੋ ਗਿਆ। ਉੱਧਰ ਰਹਿ ਗਏ ਪੁਲ ਪੁਲ ਮਿਊਜ਼ੀਅਮ, ਜਾਂ ਹੈਗਾ ਮੇਨ ਪਾਰਲੀਮੈਂਟ, ਹੁਣ ਸਾਨੂੰ ਰੀਲਾਂ ਬਣਾ ਲੈਂਦੇ। ਇਹ ਤਾਂ ਬਲੌਗ 'ਚ ਤਾਂ ਬਸ ਇੰਨਾ ਕੀ ਦਿਖਾਉਣਾ, ਬਾਕੀ ਆ ਬਾਅਦ 'ਚ ਦਿਖਾਉਂਦੇ। ਲਓ ਵੀ ਬਾਬੇ ਉਹ ਫੋਟੋਆਂ ਦਾ ਗੋਟਾ ਗਾਟਾ ਪੂਰਾ ਕਰਕੇ, ਹੁਣ ਮੁੰਡੇ ਕਹਿੰਦੇ ਆਨੰਦ ਲੈ ਰਹੀ, ਥੱਲੇ ਆ ਗਏ ਇੰਜਣ ਕੋਲ, ਹੱਕ ਮਾਰ ਦਈਏ ਤਾਂ ਦੇਖੋ ਨਜ਼ਾਰਾ ਫਿਰ ਕੈਸਟੀ ਦਾ। ਹੁਣ ਆਹ ਥੱਲੇ ਲੋਕ ਬੈਠੇ ਆ, ਦੇਖੋ ਜਾਂਦੀ ਆ ਨਾ ਕਿਸੇ ਦਿਸ਼ੂ ਦੀ ਸਿੱਧੂ। ਲਓ ਵੀ ਆਪਾਂ ਉੱਤੋਂ ਥੱਲੇ ਆ ਗਏ ਸੀਗੇ, ਹੁਣ ਇਹਦੇ ਸਾਹਮਣੇ ਬੈਠੇ ਆ ਜਮਾਂ ਇਹਦੇ ਬਿਲਡਿੰਗ ਦੇ। ਰਾਤ ਨੂੰ ਸਿਰਾ ਲੱਗ ਜਾਏ ਇੱਥੇ ਬਹਿ ਕੇ, ਇਹਦੇ ਵਿੱਚ ਪਾਣੀ ਵਿੱਚ ਮੂਰਦੀ ਜਾਂਦੇ, ਲਸਕੋਰ ਜੀ ਪੈਂਦੀ ਆ ਥੱਲੇ। ਫੋਟੋਆਂ ਫੋਟੋਆਂ ਬਹੁਤ ਵਧੀਆ ਆਉਂਦੀਆਂ ਨੇ ਇੱਥੇ, ਬਾਕੀ ਉੱਧਰ ਪੁਲ ਜਿਹਾ ਹੀ ਬੜਾ ਘੈਂਟ ਲੱਗਦਾ ਹੈਗਾ। ਰਾਤ ਨੂੰ ਬਹੁਤ ਸੋਹਣੀ ਲੱਗਦੀ ਹੈ ਸਿੱਧੀ ਜਗਦੀ ਜੀ। ਉਹ ਜੱਸੀ ਹੋਣੀ ਵੀ ਇੱਥੋਂ ਲੰਘਿਆ ਹੁਣ, ਉਹ ਬਹੁਤ ਉਹ ਖਾਲੀ ਆਹ ਸ਼ਿਪ 'ਚ ਨੇ, ਖਾਲੀ ਉਹ ਸ਼ਿਪ 'ਚ ਨੇ ਜੈ ਝੂਟਾ ਚੁੱਕ ਕਸ਼ਤੀ ਤੇ ਫਿਰ। ਗੁੱਡ ਜੀ, ਬਲੌਗ ਦੇ ਪਿੱਛੇ ਪਹਿਲਾਂ ਕਲਿੱਪਾਂ ਚਲਾ ਕੇ ਹੈਗੇ, ਦੇਖੋ ਕਿੰਨੀਆਂ ਘੈਂਟ ਨੇ। ਅਤੇ ਇਹਨਾਂ ਨੇ ਜਿੱਥੇ ਫੋਟੋ ਖਿੱਚੀ ਅਸੀਂ ਫਿਰ ਇਹਨਾਂ ਨੂੰ ਉੱਧਰ ਦੀ ਲੈ ਕੇ ਆਏ ਵੀ ਸਾਡੀਆਂ ਵਿੱਚ ਇੱਥੇ ਆ ਗਏ। ਬਹੁਤ ਤੁਰ ਪਿਓਵਾਂਗੇ ਅੱਜ ਤਾਂ, 20-22 ਕਿਲੋਮੀਟਰ ਤੁਰ ਪਿਓਵਾਂਗੇ। ਮੈਕਡੋ ਨਾਲ ਖਾ ਰਹੇ ਹਾਂ, ਇਹ ਤੋਂ ਬਾਅਦ ਚੱਲਦੇ ਹਾਂ ਗੱਡੀ ਕੋਲ ਜਾ ਕੇ ਸੌਂਦੇ ਹਾਂ, ਇਹਦੇ ਕਰਕੇ ਨੀਂਦ ਬਹੁਤ ਆ ਰਹੀ ਆ। ਕਿਵੇਂ ਲੱਗਿਆ ਬਲੌਗ ਦੱਸ ਦਿਓ, ਇਹ ਜੁੜੇ ਰਹੋ। ਇਹ ਤੋਂ ਅਗਲਾ ਬਲੌਗ ਆਉਣਗੇ ਸਲੋਵੇਨੀਆ ਦੇ, ਇੱਕ ਹੀ ਆਊ ਮਤਲਬ, ਇੱਕ ਜਾਂ ਦੋ ਬਣਾਵਾਂਗੇ। ਬਾਏ ਬਾਏ, ਟਾਟਾ, ਸਤਿ ਸ਼੍ਰੀ ਅਕਾਲ।